ਬੀਤੇ ਦਿਨੀ ਖਾਲਸਾ ਸਾਜਨਾ ਦਿਵਸ ਮੌਕੇ ਲੁਧਿਆਣਾ ਦੀ ਪ੍ਰਸਿੱਧ ਕਿਪਸ ਮਾਰਕੀਟ ਵਿਖੇ ਬੜੇ ਹੀ ਨਿਵੇਕਲੇ ਢੰਗ ਨਾਲ ਟਰਬਨ ਡੇ ਮਨਾਇਆ ਗਿਆ, ਜਿਸ ਵਿੱਚ ਜਿੱਥੇ ਵੱਡਿਆਂ ਤੋਂ ਲੈ ਕੇ ਨੌਜਵਾਨਾਂ ਅਤੇ ਬੱਚਿਆਂ ਨੂੰ ਪੱਗਾਂ ਬੰਨੀਆਂ ਗਈਆਂ, ਉੱਥੇ ਹੀ ਨਿੱਕੀਆਂ ਬੱਚਿਆਂ ਨੂੰ ਵੀ ਦੁਮਾਲੇ ਸਜਾਏ ਗਏ। ਜ਼ਿਕਰਯੋਗ ਹੈ ਕਿ ਇਸ ਕੈਂਪ ਵਿੱਚ ਪੱਗਾਂ ਦੇਣ ਦੀ ਫ੍ਰੀ ਸੇਵਾ ਵੀ ਕੀਤੀ ਗਈ। ਅੱਜ ਜੀ ਬਹੁਤ ਵੱਡਾ ਦਿਹਾੜਾ ਜੀ, ਜਿਹਨੂੰ ਆਪਾਂ ਦਸਤਾਰ ਦਿਵਸ ਕਹਿੰਦੇ ਹਾਂ, ਵਿਸਾਖੀ ਦੇ ਤਿਉਹਾਰ 'ਤੇ, ਖਾਲਸਾ ਸਾਜਨਾ ਦਿਵਸ ਦੇ ਖੁਸ਼ੀ ਦੇ ਮੌਕੇ 'ਤੇ ਅੱਜ ਇੱਥੇ ਹਰ ਸਾਲ ਦੀ ਤਰ੍ਹਾਂ ਕਿਪਸ ਮਾਰਕੀਟ ਵਿੱਚ ਦਸਤਾਰ ਫ੍ਰੀ ਟਰਬਨ ਡੇ ਟਰਬਨ ਕੈਂਪ ਲਗਾਇਆ ਗਿਆ ਜੀ, ਜਿਹਦੇ ਵਿੱਚ ਅਸੀਂ ਹਰ ਤਰ੍ਹਾਂ ਦੇ ਵੀਰਾਂ ਨੂੰ, ਭਾਵੇਂ ਉਹ ਹਿੰਦੂ ਹੈ, ਭਾਵੇਂ ਸਰਦਾਰ ਹੈ, ਭਾਵੇਂ ਇੱਥੇ ਕੋਈ ਨੌਕਰੀ ਕਰ ਰਿਹਾ, ਸਾਰੇ ਵੀਰਾਂ 'ਤੇ ਅਸੀਂ ਫ੍ਰੀ ਆਫ ਕੋਸਟ ਟਰਬਨ ਬੰਨ ਵੀ ਰਹੇ ਹਾਂ, ਨਾਲ ਅਸੀਂ ਟਰਬਨ ਦੇ ਵੀ ਰਹੇ ਹਾਂ। ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਵੀਰ ਆ ਕੇ ਕਹਿੰਦਾ ਯਾਰ ਮੈਂ ਕਦੀ ਪੱਗ ਬੰਨੀ ਨਹੀਂ, ਪਰ ਮੈਂ ਬੰਨ ਕੇ ਦੇਖਣਾ ਚਾਹੁੰਦਾ ਮੈਂ ਸਰਦਾਰ ਕਿੰਨਾ ਕੁ ਸੋਹਣਾ ਲੱਗਦਾ, ਅਤੇ ਉਹ ਸੱਚੀ ਦਿਲੋਂ ਅੱਖਾਂ ਭਰ ਜਾਂਦਾ ਵਾ ਕਿ ਯਾਰ ਮੈਂ ਬੜਾ ਪਿਆਰਾ ਲੱਗ ਰਿਹਾ ਸਰਦਾਰ ਬਣ ਕੇ। ਉਸ ਚੀਜ਼ ਦੀ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਹਾਂ ਯਾਰ ਅਸੀਂ ਕਿਸੇ ਤਰੀਕੇ ਵੀ ਸਿੱਖੀ ਨੂੰ ਨਾਲ ਪ੍ਰਮੋਟ ਕਰ ਰਹੇ ਹਾਂ, ਕਿਸੇ ਤਰੀਕੇ ਸਿੱਖੀ ਨੂੰ ਜੋੜ ਸਕਦੇ ਹਾਂ। ਅਤੇ ਇਸੇ ਤਰ੍ਹਾਂ ਅੱਜ ਰਾਜ ਸੇਵਾ ਸੁਸਾਇਟੀ ਵੱਲੋਂ ਅਤੇ ਖਾਲਸਾ ਏਡ ਵੱਲੋਂ ਅਤੇ ਬਾਕੀ ਸਾਰੇ ਵੀਰਾਂ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜੀ ਕਿਪਸ ਮਾਰਕੀਟ ਵਿੱਚ। ਇਸੇ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਚੜ੍ਹਦੀ ਕਲਾ ਵਿੱਚ ਰਹੀਏ, ਸਿੱਖੀ ਨੂੰ ਹੋਰ ਪ੍ਰਫੁੱਲਿਤ ਕਰੀਏ, ਜਿੰਨੀ ਵੀ ਕੋਸ਼ਿਸ਼ ਹੋ ਸਕਦੀ ਹੈ ਉੱਥੇ ਤੱਕ ਅਸੀਂ ਆਪਣਾ ਪ੍ਰਚਾਰ ਕਰੀਏ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਬਿਊਰੋ ਰਿਪੋਰਟ, ਲੁਧਿਆਣਾ ਵਿਊ।